ਸਾਡੇ ਕੋਲ ਤਾਂ ਸ਼ੁਕਰਾਨਾ ਹੀ ਹੈ ਜੀ, ਸਭ ਕੁਝ ਬਖਸ਼ਿਆ ਗੁਰੂ ਦਾ। ਔਰ ਖਿਦਰਾਣੀ ਦੀ ਢਾਬ 'ਤੇ ਉਸ ਕਲਗੀ ਵਾਲੇ ਪਾਤਸ਼ਾਹ ਨੇ ਕਿਰਪਾ ਕੀਤੀ, 40 ਮੁਕਤਿਆਂ ਨੂੰ ਮੁਕਤੀ ਦੀ ਦਾਤ ਬਖਸ਼ੀ। ਇਤਿਹਾਸਿਕ ਸਾਡਾ ਸਥਾਨ ਹੈ, ਇਤਿਹਾਸਿਕ ਮੌਕਾ ਮਾਘੀ ਦੇ ਦਿਹਾੜੇ 'ਤੇ। ਸੋ ਸਾਰੇ ਪੰਜਾਬੀਆਂ ਲਈ, ਸਾਰੇ ਦੇਸ਼ ਵਾਸੀਆਂ ਲਈ, ਸਾਰੀ ਦੁਨੀਆ ਲਈ, ਲੋਕਾਈ ਲਈ, ਸਰਬੱਤ ਦੇ ਲਈ ਗੁਰੂ ਦੇ ਚਰਨਾਂ 'ਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਚੱਲੇ ਹਾਂ। ਔਰ ਗੁਰੂ ਸਾਹਿਬ ਬਹੁਤ ਮਿਹਰਬਾਨ ਹੈ, ਅਰਦਾਸਾਂ ਸੁਣਦੇ ਆ। ਸੋ ਵਿਧਾਨ ਸਭਾ ਸਪੀਕਰ, ਕਿਉਂਕਿ MLA ਸਾਹਿਬ ਵੀ ਜ਼ੋਰ ਲਾ ਰਿਹਾ ਸਾਨੂੰ, ਜਿਹੜੇ ਪ੍ਰੋਜੈਕਟ ਮੁਕਤਸਰ ਦੇ ਹੁੰਦੇ ਪਏ, ਜਿਵੇਂ ਸੀਵਰੇਜ ਦੇ ਹੋ ਗਏ, ਸਾਡਾ ਡਿਪਾਰਟਮੈਂਟ ਸੀਵਰੇਜ ਬੋਰਡ ਕੋਲੇ ਜਾ ਵੜੇ, ਹਨਾ, ਕੁਝ ਅਜਿਹੇ ਪ੍ਰੋਜੈਕਟ ਜਿਵੇਂ ਅੱਜ ਵੀ ਪਾਣੀ ਖੜਾ ਸੀ ਆਸੇ ਪਾਸੇ, ਕੁਝ ਅਜਿਹਾ ਅਸੀਂ ਉਮੀਦ ਕਰ ਸਕਦੇ ਹਾਂ ਅੱਜ ਮਾਘੀ ਵਾਲੇ ਦਿਨ ਕਿ ਤੁਸੀਂ ਕਰੋਗੇ? ਵਾਹਿਗੁਰੂ। ਮੁਕਤਸਰ ਦੇ ਪ੍ਰੋਜੈਕਟ ਰੁਕ ਸਕਦੇ ਆ ਜੀ? ਮੁਕਤਸਰ ਸਾਹਿਬ ਦੇ ਪ੍ਰੋਜੈਕਟ ਰੁਕ ਸਕਦੇ ਆ? ਮੁਕਤਸਰ ਸਾਹਿਬ ਦੇ ਪ੍ਰੋਜੈਕਟ ਕਲਗੀ ਵਾਲੇ ਸਾਡੇ ਤੋਂ ਕਰਾ ਲੈਣੇ, ਸਾਡੇ 'ਤੇ ਕਿਰਪਾ ਕਰੇਗਾ। ਸਾਡੇ ਕੋਲ ਤਾਂ ਸ਼ੁਕਰਾਨਾ ਹੀ ਹੈ ਜੀ, ਸਭ ਕੁਝ ਬਖਸ਼ਿਆ ਗੁਰੂ ਦਾ। ਔਰ ਖਿਦਰਾਣੀ ਦੀ ਢਾਬ 'ਤੇ ਉਸ ਕਲਗੀ ਵਾਲੇ ਪਾਤਸ਼ਾਹ ਨੇ ਕਿਰਪਾ ਕੀਤੀ, 40 ਮੁਕਤਿਆਂ ਨੂੰ ਮੁਕਤੀ ਦੀ ਦਾਤ ਬਖਸ਼ੀ। ਇਤਿਹਾਸਿਕ ਸਾਡਾ ਸਥਾਨ ਹੈ, ਇਤਿਹਾਸਿਕ ਮੌਕਾ ਮਾਘੀ ਦੇ ਦਿਹਾੜੇ 'ਤੇ। ਸੋ ਸਾਰੇ ਪੰਜਾਬੀਆਂ ਲਈ, ਸਾਰੇ ਦੇਸ਼ ਵਾਸੀਆਂ ਲਈ, ਸਾਰੀ ਦੁਨੀਆ ਲਈ, ਲੋਕਾਈ ਲਈ, ਸਰਬੱਤ ਦੇ ਲਈ ਗੁਰੂ ਦੇ ਚਰਨਾਂ 'ਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਚੱਲੇ ਹਾਂ। ਔਰ ਗੁਰੂ ਸਾਹਿਬ ਬਹੁਤ ਮਿਹਰਬਾਨ ਹੈ, ਅਰਦਾਸਾਂ ਸੁਣਦੇ ਆ। ਸੋ ਵਿਧਾਨ ਸਭਾ ਸਪੀਕਰ, ਕਿਉਂਕਿ MLA ਸਾਹਿਬ ਵੀ ਜ਼ੋਰ ਲਾ ਰਿਹਾ ਸਾਨੂੰ, ਜਿਹੜੇ ਪ੍ਰੋਜੈਕਟ ਮੁਕਤਸਰ ਦੇ ਹੁੰਦੇ ਪਏ, ਜਿਵੇਂ ਸੀਵਰੇਜ ਦੇ ਹੋ ਗਏ, ਸਾਡਾ ਡਿਪਾਰਟਮੈਂਟ ਸੀਵਰੇਜ ਬੋਰਡ ਕੋਲੇ ਜਾ ਵੜੇ, ਹਨਾ, ਕੁਝ ਅਜਿਹੇ ਪ੍ਰੋਜੈਕਟ ਜਿਵੇਂ ਅੱਜ ਵੀ ਪਾਣੀ ਖੜਾ ਸੀ ਆਸੇ ਪਾਸੇ, ਕੁਝ ਅਜਿਹਾ ਅਸੀਂ ਉਮੀਦ ਕਰ ਸਕਦੇ ਹਾਂ ਅੱਜ ਮਾਘੀ ਵਾਲੇ ਦਿਨ ਕਿ ਤੁਸੀਂ ਕਰੋਗੇ? ਵਾਹਿਗੁਰੂ। ਮੁਕਤਸਰ ਦੇ ਪ੍ਰੋਜੈਕਟ ਰੁਕ ਸਕਦੇ ਆ ਜੀ? ਮੁਕਤਸਰ ਸਾਹਿਬ ਦੇ ਪ੍ਰੋਜੈਕਟ ਰੁਕ ਸਕਦੇ ਆ? ਮੁਕਤਸਰ ਸਾਹਿਬ ਦੇ ਪ੍ਰੋਜੈਕਟ ਕਲਗੀ ਵਾਲੇ ਸਾਡੇ ਤੋਂ ਕਰਾ ਲੈਣੇ, ਸਾਡੇ 'ਤੇ ਕਿਰਪਾ ਕਰੇਗਾ। ਸਾਡੇ ਕੋਲ ਤਾਂ ਸ਼ੁਕਰਾਨਾ ਹੀ ਹੈ ਜੀ, ਸਭ ਕੁਝ ਬਖਸ਼ਿਆ ਗੁਰੂ ਦਾ। ਔਰ ਖਿਦਰਾਣੀ ਦੀ ਢਾਬ 'ਤੇ ਉਸ ਕਲਗੀ ਵਾਲੇ ਪਾਤਸ਼ਾਹ ਨੇ ਕਿਰਪਾ ਕੀਤੀ, 40 ਮੁਕਤਿਆਂ ਨੂੰ ਮੁਕਤੀ ਦੀ ਦਾਤ ਬਖਸ਼ੀ। ਇਤਿਹਾਸਿਕ ਸਾਡਾ ਸਥਾਨ ਹੈ, ਇਤਿਹਾਸਿਕ ਮੌਕਾ ਮਾਘੀ ਦੇ ਦਿਹਾੜੇ 'ਤੇ। ਸੋ ਸਾਰੇ ਪੰਜਾਬੀਆਂ ਲਈ, ਸਾਰੇ ਦੇਸ਼ ਵਾਸੀਆਂ ਲਈ, ਸਾਰੀ ਦੁਨੀਆ ਲਈ, ਲੋਕਾਈ ਲਈ, ਸਰਬੱਤ ਦੇ ਲਈ ਗੁਰੂ ਦੇ ਚਰਨਾਂ 'ਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਚੱਲੇ ਹਾਂ। ਔਰ ਗੁਰੂ ਸਾਹਿਬ ਬਹੁਤ ਮਿਹਰਬਾਨ ਹੈ, ਅਰਦਾਸਾਂ ਸੁਣਦੇ ਆ। ਸੋ ਵਿਧਾਨ ਸਭਾ ਸਪੀਕਰ, ਕਿਉਂਕਿ MLA ਸਾਹਿਬ ਵੀ ਜ਼ੋਰ ਲਾ ਰਿਹਾ ਸਾਨੂੰ, ਜਿਹੜੇ ਪ੍ਰੋਜੈਕਟ ਮੁਕਤਸਰ ਦੇ ਹੁੰਦੇ ਪਏ, ਜਿਵੇਂ ਸੀਵਰੇਜ ਦੇ ਹੋ ਗਏ, ਸਾਡਾ ਡਿਪਾਰਟਮੈਂਟ ਸੀਵਰੇਜ ਬੋਰਡ ਕੋਲੇ ਜਾ ਵੜੇ, ਹਨਾ, ਕੁਝ ਅਜਿਹੇ ਪ੍ਰੋਜੈਕਟ ਜਿਵੇਂ ਅੱਜ ਵੀ ਪਾਣੀ ਖੜਾ ਸੀ ਆਸੇ ਪਾਸੇ, ਕੁਝ ਅਜਿਹਾ ਅਸੀਂ ਉਮੀਦ ਕਰ ਸਕਦੇ ਹਾਂ ਅੱਜ ਮਾਘੀ ਵਾਲੇ ਦਿਨ ਕਿ ਤੁਸੀਂ ਕਰੋਗੇ? ਵਾਹਿਗੁਰੂ। ਮੁਕਤਸਰ ਦੇ ਪ੍ਰੋਜੈਕਟ ਰੁਕ ਸਕਦੇ ਆ ਜੀ? ਮੁਕਤਸਰ ਸਾਹਿਬ ਦੇ ਪ੍ਰੋਜੈਕਟ ਰੁਕ ਸਕਦੇ ਆ? ਮੁਕਤਸਰ ਸਾਹਿਬ ਦੇ ਪ੍ਰੋਜੈਕਟ ਕਲਗੀ ਵਾਲੇ ਸਾਡੇ ਤੋਂ ਕਰਾ ਲੈਣੇ, ਸਾਡੇ 'ਤੇ ਕਿਰਪਾ ਕਰੇਗਾ। ਸਾਡੇ ਕੋਲ ਤਾਂ ਸ਼ੁਕਰਾਨਾ ਹੀ ਹੈ ਜੀ, ਸਭ ਕੁਝ ਬਖਸ਼ਿਆ ਗੁਰੂ ਦਾ। ਔਰ ਖਿਦਰਾਣੀ ਦੀ ਢਾਬ 'ਤੇ ਉਸ ਕਲਗੀ ਵਾਲੇ ਪਾਤਸ਼ਾਹ ਨੇ ਕਿਰਪਾ ਕੀਤੀ, 40 ਮੁਕਤਿਆਂ ਨੂੰ ਮੁਕਤੀ ਦੀ ਦਾਤ ਬਖਸ਼ੀ। ਇਤਿਹਾਸਿਕ ਸਾਡਾ ਸਥਾਨ ਹੈ, ਇਤਿਹਾਸਿਕ ਮੌਕਾ ਮਾਘੀ ਦੇ ਦਿਹਾੜੇ 'ਤੇ। ਸੋ ਸਾਰੇ ਪੰਜਾਬੀਆਂ ਲਈ, ਸਾਰੇ ਦੇਸ਼ ਵਾਸੀਆਂ ਲਈ, ਸਾਰੀ ਦੁਨੀਆ ਲਈ, ਲੋਕਾਈ ਲਈ, ਸਰਬੱਤ ਦੇ ਲਈ ਗੁਰੂ ਦੇ ਚਰਨਾਂ 'ਚ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਚੱਲੇ ਹਾਂ। ਔਰ ਗੁਰੂ ਸਾਹਿਬ ਬਹੁਤ ਮਿਹਰਬਾਨ ਹੈ, ਅਰਦਾਸਾਂ ਸੁਣਦੇ ਆ। ਸੋ ਵਿਧਾਨ ਸਭਾ ਸਪੀਕਰ, ਕਿਉਂਕਿ MLA ਸਾਹਿਬ ਵੀ ਜ਼ੋਰ ਲਾ ਰਿਹਾ ਸਾਨੂੰ, ਜਿਹੜੇ ਪ੍ਰੋਜੈਕਟ ਮੁਕਤਸਰ ਦੇ ਹੁੰਦੇ ਪਏ, ਜਿਵੇਂ ਸੀਵਰੇਜ ਦੇ ਹੋ ਗਏ, ਸਾਡਾ ਡਿਪਾਰਟਮੈਂਟ ਸੀਵਰੇਜ ਬੋਰਡ ਕੋਲੇ ਜਾ ਵੜੇ, ਹਨਾ, ਕੁਝ ਅਜਿਹੇ ਪ੍ਰੋਜੈਕਟ ਜਿਵੇਂ ਅੱਜ ਵੀ ਪਾਣੀ ਖੜਾ ਸੀ ਆਸੇ ਪਾਸੇ, ਕੁਝ ਅਜਿਹਾ ਅਸੀਂ ਉਮੀਦ ਕਰ ਸਕਦੇ ਹਾਂ ਅੱਜ ਮਾਘੀ ਵਾਲੇ ਦਿਨ ਕਿ ਤੁਸੀਂ ਕਰੋਗੇ? ਵਾਹਿਗੁਰੂ। ਮੁਕਤਸਰ ਦੇ ਪ੍ਰੋਜੈਕਟ ਰੁਕ ਸਕਦੇ ਆ ਜੀ? ਮੁਕਤਸਰ ਸਾਹਿਬ ਦੇ ਪ੍ਰੋਜੈਕਟ ਰੁਕ ਸਕਦੇ ਆ? ਮੁਕਤਸਰ ਸਾਹਿਬ ਦੇ ਪ੍ਰੋਜੈਕਟ ਕਲਗੀ ਵਾਲੇ ਸਾਡੇ ਤੋਂ ਕਰਾ ਲੈਣੇ, ਸਾਡੇ 'ਤੇ ਕਿਰਪਾ ਕਰੇਗਾ।